सारे ने सत श्री अकाल, थोड़ा सारे दे साडे चैनल ते बहुत बहुत स्वागत है। जिहड़ी साडी अज दी वड्डी अपडेट है वह मुलाजमान नाल संबंधित है, तो सारे मुलाजम वीर साडी वीडियो नूं जरूर देखण। हाँ जी, जिद्दां कि तुसीं सारे जानदे हो कि हाई कोर्ट वल्लों मुलाजमान नूं पहला भी एक वड्डी खुशखबरी दित्ती गई सी, अते अज एक बार फिर तो मानयोग हाई कोर्ट ने मुलाजमान दे हक विच एक वड्डा फैसला जिहड़ा उह सुनाया है। हाँ जी, मानयोग हाई कोर्ट जी वल्लों एक वड्डा फैसला जिहड़ा उह मुलाजमान दे हक विच सुनांदिआं मुलाजमान दी तनखाहां नूं लेके एक वड्डी खुशखबरी मुलाजमान नूं दित्ती गई है। दसांगे इस बारे पूरी अपडेट तुहानूं इस वीडियो दे विच, इस दे लई साडे नाल बने रहियो, वीडियो नूं एंड तक जरूर देखियो। उस तो पहला जे तुसीं साडे चैनल ते नवे हो तो साडे चैनल नूं सबसक्राइब जरूर करियो ਤਾਂ ਜੋ ਆਉਣ ਵਾਲੀ ਹਰ ਜ਼ਰੂਰੀ ਅਪਡੇਟ ਤੁਹਾਨੂੰ ਸਮੇਂ ਸਿਰ ਮਿਲ ਸਕੇ। ਤਾਂ ਬਿਨਾਂ ਦੇਰੀ ਕੀਤੇ ਸ਼ੁਰੂ ਕਰਦੇ ਹਾਂ ਸਾਡੀ ਅੱਜ ਦੀ ਇੱਕ ਬਹੁਤ ਹੀ ਖਾਸ ਅਪਡੇਟ ਦੇ ਨਾਲ। ਹਾਂਜੀ, ਜਿੱਦਾਂ ਕਿ ਤੁਹਾਨੂੰ ਦੱਸਿਆ ਕਿ ਮਾਨਯੋਗ ਹਾਈ ਕੋਰਟ ਜੀ ਵੱਲੋਂ ਮੁਲਾਜ਼ਮਾਂ ਦੀ ਤਨਖਾਹਾਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਜਿਹੜਾ ਉਹ ਸੁਣਾਇਆ ਗਿਆ ਹੈ। ਹਾਂਜੀ, ਜਿਹੜੇ ਪਨਬਸ ਅਤੇ PRTC ਦੇ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮ ਹੈ ਉਹਨਾਂ ਦੀ ਤਨਖਾਹਾਂ ਨੂੰ ਲੈ ਕੇ ਮਾਨਯੋਗ ਹਾਈ ਕੋਰਟ ਜੀ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਹੈ। ਦਰਅਸਲ ਇਹਨਾਂ ਮੁਲਾਜ਼ਮਾਂ ਵੱਲੋਂ ਹਾਈ ਕੋਰਟ ਵਿੱਚ ਇਹਨਾਂ ਦੀ ਤਨਖਾਹਾਂ ਨੂੰ ਲੈ ਕੇ ਪਟੀਸ਼ਨ ਦਰਜ ਕੀਤੀ ਗਈ ਸੀ, ਜਿਸ ਨੂੰ ਅੱਜ ਮਾਨਯੋਗ ਹਾਈ ਕੋਰਟ ਨੇ ਸਵੀਕਾਰ ਕਰਦੇ ਹੋਏ ਇਹਨਾਂ ਮੁਲਾਜ਼ਮਾਂ ਨੂੰ ਇੱਕ ਵੱਡੀ ਖੁਸ਼ਖਬਰੀ ਦਿੱਤੀ ਹੈ। ਅਤੇ ਨਾਲ ਹੀ ਮੈਨੇਜਿੰਗ ਡਾਇਰੈਕਟਰ ਪਨਬਸ ਸੈਕਟਰ 17 ਚੰਡੀਗੜ੍ਹ ਜੀ ਨੂੰ ਡਾਇਰੈਕਸ਼ਨ ਜਾਰੀ ਕੀਤੇ ਹਨ ਕਿ ਜਿਹੜੇ ਪਟੀਸ਼ਨਰਸ ਵੱਲੋਂ ਯਾਨੀ ਜਿਹੜੇ ਕੱਚੇ ਮੁਲਾਜ਼ਮ ਹੈ ਯਾਨੀ ਕਿ ਜਿਹੜੇ ਕੰਡਕਟਰਸ ਅਤੇ ਡਰਾਈਵਰਸ ਹੈ ਪਨਬਸ ਦੇ ਉਹਨਾਂ ਵੱਲੋਂ ਜਿਨ੍ਹਾਂ ਵੱਲੋਂ ਪਟੀਸ਼ਨ ਦਰਜ ਕੀਤੀ ਗਈ ਹੈ ਹਾਈ ਕੋਰਟ ਦੇ ਵਿੱਚ, ਉਹਨਾਂ ਦੀਆਂ ਤਨਖਾਹਾਂ ਨੂੰ ਲੈ ਕੇ ਬਰਾਬਰ ਕੰਮ ਅਤੇ ਬਰਾਬਰ ਤਨਖਾਹ ਦਾ ਜਿਹੜਾ ਰੂਲ ਹੈ ਉਹਨਾਂ ਉੱਤੇ ਲਾਗੂ ਕੀਤਾ ਜਾਏ। ਹਾਂਜੀ, ਇਹ ਸੀ ਸਾਡੀ ਅੱਜ ਦੀ ਇੱਕ ਵੱਡੀ ਅਪਡੇਟ। ਇੱਦਾਂ ਦੀ ਹੀ ਤਾਜ਼ਾ ਅਪਡੇਟਸ ਦੇਖਣ ਲਈ ਸਾਡੇ ਨਾਲ ਬਣੇ ਰਹੀਓ, ਸਾਡੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ।